ਲਓ ਜੀ ਆ ਦੂਸਰਾ ਬੰਦਾ ਬੈਠਾ ਤੇ ਨਾਵਾਂ ਨਾ ਇੱਥੇ ਪਾਣੀ ਦੇ ਰਿਹਾ ਚਲੋ ਬਾਈ ਦੇਖੋ ਮੈਂ ਕੀ ਕਰਦਾ ਅਸਲਾਮ ਵਾਲੇਕੁਮ ਜੀ ਮੈਂ ਤੁਹਾਡਾ ਬਾਈ ਨਈਮ ਅਸ਼ਰਫ ਜੀ ਤੁਹਾਨੂੰ ਪਤਾ ਜੀ ਅਸੀਂ ਅੱਜ ਗਰਮੀ ਬੜੀ ਪੈਂਦੀ ਵੀ ਨਾਵਾਂ ਇਹ ਤਾਂ ਲੇਟੈਸਟ ਨਿਊਜ਼ ਹੈ ਕੁਛ ਬਾਈ ਨੇ ਚੀਜ਼ੀ ਰਹਿਣ ਬੜੇ ਨੇ ਵਿੱਚ ਚੀਜ਼ੀ ਚਲੇ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਘੱਟ ਓਵਰ ਐਕਟਿੰਗ ਦੇ ਵਿੱਚ ਬਾਈ ਚੀਜ਼ੀ ਲੈ ਲਈਏ ਬੋਤਲ ਨਹੀਂ ਐ ਬਾਈ ਨੇ ਬੋਤਲ ਲਈ ਹੈ ਤਾਂ ਉੱਥੇ ਚੱਲਨੇ ਆ ਨਾਵਾਂ ਨਾ ਸਮਝ ਰਹੇ ਹੋ ਸਮਝ ਰਹੇ ਹੋ ਆਪ ਸਮਝ ਰਹੇ ਹੋ ਤੇ ਬਾਕੀ ਜਾ ਕੇ ਐ ਵੇਖੋ ਜੀ ਬੋਤਲ ਨਾਲੇ ਤੁਹਾਨੂੰ ਪਤਾ ਗਰਮੀ ਬੜੀ ਹੈ ਉੱਥੇ ਨਾਲੇ ਨਾਵਾਂ ਦੇ ਨਾਲੇ ਅਸੀਂ ਬੋਤਲ ਪੀਵਾਂ ਦੇ ਮੈਨੂੰ ਕੁਝ ਪੁੱਛਾ ਪੁੱਛਾ ਮੈਨੂੰ ਕੁਝ ਆ ਸਾਡੇ ਮੋਟਰਸਾਈਕਲ ਆ ਨੇ ਅਸੀਂ ਹੁਣ ਚੱਲੇ ਆ ਤੁਹਾਨੂੰ ਬਾਕੀ ਜਾ ਕੇ ਨਾ ਅਸੀਂ ਉੱਥੇ ਟ੍ਰੈਫਿਕ ਤੇ ਮਿਲਨੇ ਆ ਸਾਡੀ ਵੀਡੀਓ ਨਾਲ ਜੁੜੇ ਰਿਹਾ ਜੀ ਠੀਕ ਹੈ ਆ ਵੇਖੋ ਜੀ ਅਸੀਂ ਜਾਣੇ ਪਏ ਆ ਰਸਤੇ 'ਚ ਆ ਮੋਟਰਸਾਈਕਲ ਤੇ ਸਾਡੇ ਨਾਲ ਆ ਰਹੇ ਨੇ ਉਹ ਵੇਖੋ ਜੀ ਅੱਗੇ ਪਹੁੰਚ ਗਏ ਨੇ ਤੇ ਅਸੀਂ ਵੀ ਪਿੱਛੇ ਜਾ ਰਹੇ ਆ ਭਾਈ ਜਾਨ ਤੁਸੀਂ ਕੁਝ ਕਹੋ ਤੇ ਅਰੇ ਬਹੁਤ ਮਨੁੱਖ ਲੱਗ ਰਿਹਾ ਮਤ ਕੋ ਰੋੜਨ ਲੋ ਰਹਿਣ ਦੋ ਤੁਹਾਨੂੰ ਉੱਥੇ ਜਾ ਕੇ ਮਿਲਨੇ ਜੀ ਵੀਡੀਓ ਨਾਲ ਜੁੜੇ ਰਹੋ ਸਾਡੀ ਵੀਡੀਓ ਨਾ ਉਹ ਸਕਿਪ ਨਾ ਕਰੋ ਕਰੋ ਬੜਾ ਮਜ਼ਾ ਆਉਂਦਾ ਸਾਡੀ ਵੀਡੀਓ ਵੇਖਣ ਲੱਗੇ ਤੁਹਾਨੂੰ ਬਾਤ ਸਹੀ ਹੈ ਆ ਵੇਖੋ ਜੀ ਅਸੀਂ ਇੱਥੇ ਨਾਵਾਂ ਆਏ ਆ ਆ ਭਾਈ ਇੱਥੇ ਪਾਣੀ ਦੇਣ ਦੇ ਬੈਠੇ ਆ ਭਾਈ ਨਾਵਾਂ ਆਏ ਸਾਡੇ ਨਾਲ ਇੱਥੇ ਵੇਖੋ ਜੀ ਕੀ ਕੀਤੀ ਜਾਂਦੇ ਨੇ ਸ਼ਰਮ ਕਰੋ ਭਗਵਾਨ ਸੇ ਡਰੋ ਭੋਸੜੀ ਵਾਲੋ ਭਗਵਾਨ ਸੇ ਡਰੋ ਤੇ ਆ ਵੇਖੋ ਜੀ ਭਾਈ ਦੂਸਰੇ ਆਏ ਕੋਈ ਸਾਫਾ ਪਾ ਰਿਹਾ ਮੋਟਰਸਾਈਕਲ ਤੇ ਗਰਮ ਨਾ ਮੋਟਰਸਾਈਕਲ ਹੋਵੇ ਆ ਕੋਈ ਭਾਈ ਬੋਤਲ ਪੀਂਦਾ ਪਿਆ ਉਹ ਆ ਵੇਖੋ ਜੀ ਤੁਹਾਨੂੰ ਜ਼ੂਮ ਕਰਕੇ ਆ ਰਹੇ ਆ ਭਾਈ ਦੇ ਕੋਈ ਨਲਾ ਖੋਲ ਕੇ ਖੜੇ ਨੇ ਸੋਲਰ ਪਲੇਟਾਂ ਲਾਈਆਂ ਨੇ 24-25 ਪਲੇਟ ਲੱਗੀ ਸੋਲਰ ਕਿਤੇ ਅਸੀਂ ਨਾਵਣ ਆਏ ਆ ਨਾਲ ਇੱਕ ਟਰੈਕਟਰ ਬੋਰ ਵੀ ਅਸੀਂ ਚਲਾਇਆ ਹੈ ਤੁਹਾਨੂੰ ਪਤਾ ਝੋਨੇ ਦਾ ਸੀਜ਼ਨ ਚੱਲਦਾ ਮੈਂ ਝੋਨਾ ਲਾਇਆ ਇਸ ਸਮੇਂ ਯਾਰ ਦੋ ਬੋਰ ਚਲਾਉਣੇ ਪੈਣ ਠੀਕ ਹੈ ਜੀ ਬਾਕੀ ਹੁਣ ਨਹਾਉਣੇ ਆ ਤੁਹਾਨੂੰ ਮਿਲਨੇ ਨਾਲ ਲਓ ਜੀ ਯਾਰ ਦੂਸਰਾ ਬੰਦਾ ਬੈਠਾ ਤੇ ਨਾਵਣ ਆਇਆ ਤੇ ਪਾਣੀ ਦੇ ਰਿਹਾ ਖਰਾਬ ਹੋ ਜਾਏਗਾ ਮੈਂ ਮਾਂ ਅੰਮਾ ਬਹਿਨ ਪੇ ਆ ਜਾਊਂਗਾ ਮੈਂ ਇਨਕੀ ਅੰਮਾ ਬਹਿਨ ਪੇ ਆ ਜਾਊਂਗਾ ਮੈਂ ਆ ਲਾਲੇ ਬੰਦਾ ਭੱਜ ਉੱਠਿਆ ਅੱਗੇ ਲੱਗ ਗਿਆ ਝੋਨੇ ਦਾ ਚੱਲਦਾ ਪਿਆ ਹੁਣ ਝੋਨੇ ਕਿੰਨੇ ਕੁ ਪਾਣੀ ਲਾ ਰਹੇ ਨੇ ਅਬੇ ਸਾਲੇ ਤਬੀ ਪਾਣੀ ਰੋਜ਼ ਹੀ ਲੱਗਦੇ ਪਏ ਜੋ ਗਰਮੀ ਥੋੜੀ ਪੈਂਦੀ ਜੀ ਗਰਮੀ ਕਿੰਨੀ ਕੁ ਹੈ ਕਿਆ ਮੈਂ ਕਾ ਬੋਲਾ ਤੂੰ ਨੇ ਇਹ ਪਹਿਲੇ ਕਿਆ ਬੋਲਾ ਚੱਲ ਚੱਲ ਚਲੋ ਜਾ ਕੇ ਇਲਾਜ ਕਰੋ ਗਰਮੀ 40 ਬਤਾਈ ਸਾਡੀ ਰਾਈ ਦਵੇ ਗਰਮੀ ਦਾ ਮੁੰਡਾ ਮਾਰਿਆ ਗਿਆ ਛਾ ਗਰਮੀ ਦਾ ਮੁੰਡਾ ਮਾਰਿਆ ਗਿਆ ਭਾਈ ਜਾਨ ਗਰਮੀ ਨਾਲ ਮਾਰਿਆ ਗਿਆ ਨੇ ਟਾਈਮ ਬਾਹਰ ਹੋ ਗਿਆ ਨਾਲ ਭਾਈ ਭਾਈ ਲੜਾਈ ਕਿਉਂ ਕਰਨਾ ਵੇਖੋ ਯਾਰ ਲੜਾਈ ਕਰਦਾ ਮੈਂ ਭਾਈ ਮਾਂ ਖਰਾਬ ਹੋ ਜਾਏਗਾ ਮੈਂ ਮਾਂ ਅੰਮਾ ਬਹਿਨ ਪੇ ਆ ਜਾਊਂਗਾ ਮੈਂ ਇਨਕੀ
इनकी अम्मा भाई पे आ जाऊंगा। अब भाई जाना लड़ाई ना करो, बंदा अकड़ा गया चलो ठीक हो गया जी। लो जी भाई जान ने तुहानू वहाया, एक जिमीदार सी उहने ट्रैक्टर चलाया, उह वी भाई वहाया तुहानू, ते उह भाई ने दस्सिया यार इन्ना तेल सट जांदा महंगाई बड़ी हो गई। चले एक काम कर, 200 रुपए दे और 50 रुपए कट ओवर एक्टिंग के वजह से। गर्मी बड़ी है, तुम एक बंदा ही वहाया के गर्मी के बच्चे ना आकर गया सुख गया, इन गर्मी हो गई है टाइफाइड भाई कहते पैसे। लो भाई जान साड़ी जी बाम है ना, जो साढ़े भाई ने इन्हों खाटे पसंद नहीं आए, एक खाटा वो सोलर वहाया से उन्होंने सोलर बंद हो गया, तो दूसरा क्या ट्रैक्टर चलता पेना है भाइयों खाटा वहाया, भाइयों ने आख्या सानू खाटा पसंद नहीं है, तो हूँ भाइयों ने असं उस जगह तो लैके जाने उस जगह तो जाके खाडे वहाने कितने भाइयों के नाम ने, जरा खाडा पसंद आए उत्थे भाइयों थोड़ी मुलाकात कराव, नारे ने मुलाकात हो गई ठीक है जी। रुको जरा सबर करो भाई, खाता पसंद ही नहीं। हाँ जी भाई जान निके खाडे ने यार उधर चलने अपन ट्रपैना, चलो यार उ जाके तुम मिलने। A few minutes later. लो जी असी ना एक खाटे होर ते पहुंच गए नहावन आ रहे थे, भाइयों नू पूछने जा रहे भाई आ किस तरह खाडा तुहानू पसंद आया कि नहीं आया भाई जान। हेलो भाई, हाँ आ खाटा पसंद है, लग रहा है दिल गार्डन गार्डन हो रहा है, बहुत मजा आ रहा है यहाँ पे। हाँ जी ऐटा ऐटा डूंगा पानी है। अच्छा जी भी है। चलो सही हो गया भाई जान, चलो भाई ना उन्हों यार की करते भाई। वाओ ब्यूटीफुल, देखो जी पानी कितना ढूंढ है। चलो चलो सारे भाई चलो जी, ए चलो चलो भाई मारो छाला बिच मारो। हाँ जी ए ਹੁਣ ਜੀ ਮੰਮੀ ਨਹਾਉਣ ਲੱਗਾ, ਨਹਾ ਕੇ ਫਿਰ ਅਗਲਾ ਵਲੋਗ ਜਾਰੀ ਕਰਨੇ, ਨਹਾ ਕੇ ਨਾ ਫਿਰ ਅਗਲੇ ਵਲੋਗ ਬਣਾਉਣੇ, ਮੰਮੀ ਨੂੰ ਵੀ ਨਹਾਉਣ ਦਿਓ ਠੀਕ ਹੈ ਜੀ। We'll be right back.
ਦੇਖੋ ਜੀ ਨਹਾ ਲਿਆ ਆ ਭਾਈਆਂ ਨੇ ਵੀ ਨਹਾ ਲਿਆ ਜਿਹੜੇ ਸ਼ਹਿਰੋਂ ਆਏ ਸੀ ਕਿੰਨਾ ਆਖਿਆ ਸਾਨੂੰ ਹਨਾ ਉਹ ਟੂਅਰ ਨਹੀਂ ਪਸੰਦ ਹੈਗਾ ਆਹ ਟੂਅਰ ਪਸੰਦ ਆ ਗਿਆ ਉਹ ਵੇਖੋ ਜੀ ਅਸੀਂ ਆਈਏ ਭਾਈਆਂ ਚੱਲੀਏ ਉਹ ਭਾਈਆਂ ਨੇ ਹਾਲੇ ਨਾਤੀ ਜਾਂਦੇ ਨਹੀਂ ਯਾਰ ਇਹ ਭਾਈ ਇੱਕ ਨੇ ਇਹਨੇ ਭਾਈ ਨੇ ਨਹਾ ਲਿਆ ਆਇਓ ਆਇਓ ਭਾਈਆਂ ਆਇਓ ਚੱਲੀਏ ਆ ਵੇਖੋ ਜੀ ਜਾਂਦੇ ਨਹੀਂ ਪਏ ਯਾਰ ਅਸਲ ਵਾਲਾ ਮਕਸਦ ਆ ਅੱਜ ਕਿਹੜੀ ਗਰਮੀ ਪੈਂਦੀ ਪਈ ਨਾ ਉਹਦੀ ਵਜ੍ਹਾ ਤੋਂ ਬਾਹ ਬਾਹਰ ਨਿਕਲਣ ਦਾ ਖਾਡੇ 'ਚ ਨਾਂ ਹੀ ਨਹੀਂ ਲੈਂਦੀ ਪਈ ਭਾਈ ਮਜ਼ਾ ਆਇਆ ਔਰ ਮੇਰੀ ਜੋ ਮਜ਼ਾ ਹੈ ਹਿੰਦੂ